ਸਤ ਸ੍ਰੀ ਅਕਾਲ ਕਿਸਾਨ ਵੀਰੋ ਫਾਰਮਰਸ ਵੈਲਫੇਅਰ ਹਬ ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਸਿਹਤਮੰਤ ਤੇ ਤੰਦਰੁਸਤ ਹੋਗੇ ਤਾਂ ਕਿਸਾਨ ਵੀਰੋ ਅੱਜ ਆਪਾਂ ਗੱਲ ਕਰਾਂਗੇ ਝੋਨੇ ਦੇ ਅਰੇਟਾਂ ਦੀ ਤਾਂ ਜੇਕਰ ਝੋਨੇ ਦੇ ਅਰੇਟਾਂ ਵੱਲ ਦੇਖੀਏ ਤਾਂ ਇੱਕ ਵਾਰ ਜਿੱਦਾਂ ਕਿ ਹੁਣ ਦੀਵਾਲੀ ਦਾ ਤਿਉਹਾਰ ਆ ਗਿਆ ਤਾਂ ਉਹਦੇ ਕਰਕੇ ਦੋ ਤਿੰਨ ਦਿਨ ਮੰਡੀਆਂ ਵੀ ਬੰਦ ਰਹਿਣਗੀਆਂ ਕਿਉਂਕਿ ਸਾਰੇ ਵਪਾਰੀ ਆਪੋ ਆਪਣੇ ਘਰਾਂ 'ਚ ਵਾਪਸ ਪਰਤੇ ਜਾਂਦੇ ਆ ਅਤੇ ਜਿੱਦਾਂ ਕਿ 2 ਤੇ 3 ਦਿਨ ਤੱਕ ਲਗਭਗ ਸਾਰੀਆਂ ਮੰਡੀਆਂ ਹੀ ਬੰਦ ਰਹਿਣਗੀਆਂ ਤਾਂ ਕਿਸਾਨ ਵੀਰੋ ਆਓ ਹੁਣ ਆਪਾਂ ਗੱਲ ਕਰਾਂਗੇ ਅੱਜ ਦੇ ਕੁਝ ਤਾਜ਼ਾ ਰੇਟਾਂ ਦੀ ਤਾਂ ਸਭ ਤੋਂ ਪਹਿਲਾਂ ਜਿਹੜੇ ਮੇਰੇ ਕਿਸਾਨ ਵੀਰ ਇਸ YouTube ਚੈਨਲ ਤੇ ਨਵੇਂ ਹਨ ਉਹ ਕਿਰਪਾ ਕਰਕੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਅਤੇ Facebook ਪੇਜ ਨੂੰ ਵੀ ਜ਼ਰੂਰ ਫੋਲੋ ਕਰ ਲਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਤਾਂ ਕਿਸਾਨ ਵੀਰੋ ਹੁਣ ਆਪਾਂ ਹਰਿਆਣਾ ਪੰਜਾਬ UP ਮਹਾਰਾਸ਼ਟਰ ਦੀਆਂ ਕੁਝ ਮੰਡੀਆਂ ਦੀ ਗੱਲ ਕਰਾਂਗੇ ਤੇ ਸਭ ਤੋਂ ਪਹਿਲਾਂ ਜੇ ਗੱਲ ਕਰੀਏ ਸਾਡੇ ਸ਼ੈਰ ਸਿਰਸਾ ਦੀ ਤਾਂ ਸਿਰਸਾ ਮੰਡੀ ਵਿਖੇ ਪੀਬੀ 1 ਚੋਨੇ ਦਾ ਰੇਟ 3425 ਰੁਪਏ ਪ੍ਰਤੀ ਕੁਇੰਟਲ ਅਤੇ 1509 ਹੱਥ ਵਾਲੇ ਦਾ ਰੇਟ 3311 ਰੁਪਏ ਪ੍ਰਤੀ ਕੁਇੰਟਲ ਤੱਕ ਲੱਗਿਆ ਹੈ ਤਾਂ ਜੇਕਰ ਗੱਲ ਕਰੀਏ ਪੰਜਾਬ ਦੀ ਤਰਨਤਾਰਨ ਮੰਡੀ ਦੀ ਤਾਂ ਉੱਥੇ 1509 ਕੰਬਾਈਨ ਵਾਲੇ ਦਾ ਰੇਟ 3500 ਰੁਪਏ 17 18 ਕੰਬਾਈਨ ਵਾਲੇ ਦਾ ਰੇਟ 3480 ਰੁਪਏ 17 18 ਹੱਥ ਵਾਲੇ ਦਾ ਰੇਟ 3575 ਰੁਪਏ ਅਤੇ 111 ਕੰਬਾਈਨ ਵਾਲੇ ਦਾ ਰੇਟ 3841 ਰੁਪਏ ਅਤੇ 111 ਹੱਥ ਵਾਲੇ ਦਾ ਰੇਟ 3870 ਰੁਪਏ ਪ੍ਰਤੀ ਕੁੰਟਲ ਅਤੇ ਪੀ 7 ਚੋਨੇ ਦਾ ਰੇਟ 3305 ਰੁਪਏ ਗਨੌਰ ਮੰਡੀ ਵਿਖੇ 1509 ਕੰਬਾਈਨ ਵਾਲਾ 3501 ਰੁਪਏ 17 18 ਹੱਥ ਵਾਲਾ 3701 ਰੁਪਏ ਅਤੇ 111 ਹੱਥ ਵਾਲਾ 3901 ਰੁਪਏ ਖਨੋਰੀ ਮੰਡੀ ਵਿਖੇ 1509 ਕੰਬਾਈਨ ਵਾਲਾ 3300 ਰੁਪਏ 1509 ਹੱਥ ਵਾਲਾ 3400 ਰੁਪਏ 1401 ਹੱਥ ਵਾਲਾ 3700 ਰੁਪਏ ਅਤੇ 17 18 ਕੰਬਾਈਨ ਵਾਲਾ 3350 ਰੁਪਏ 17 18 ਹੱਥ ਵਾਲਾ 3500 ਰੁਪਏ ਨੂ ਮੰਡੀ ਵਿਖੇ 1509 ਕੰਬਾਈਨ ਵਾਲਾ 3325 ਰੁਪਏ 11 21 ਦਾ ਰੇਟ 3750 ਅਤੇ 17 18 ਦਾ ਰੇਟ 3450 ਰੁਪਏ ਪ੍ਰਤੀ ਕੁਨਟਲ ਤੱਕ ਲੱਗਿਆ ਹੈ ਤੇ ਜੇ ਗੱਲ ਕਰੀਏ ਜੁਲਾਣਾ ਮੰਡੀ ਦੀ ਤੋ ਤੇ 17 18 ਦਾ ਰੇਟ 3660 ਰੁਪਏ 11 21 ਹੱਥ ਵਾਲੇ ਦਾ ਰੇਟ 3971 ਰੁਪਏ ਪ੍ਰਤੀ ਕੁੰਟਲ ਅਤੇ ਕਲਾਇਤ ਮੰਡੀ ਵਿਖੇ 1509 ਕੰਬਾਈਨ ਵਾਲਾ 3200 ਰੁਪਏ 1509 ਹੱਥ ਵਾਲਾ 3500 ਰੁਪਏ 17 18 ਕੰਬਾਈਨ ਵਾਲਾ 3300 ਰੁਪਏ ਪ੍ਰਤੀ ਕੁਇੰਟਲ ਅਤੇ ਪਿੱਲੂ ਖੇੜਾ ਮੰਡੀ ਵਿਖੇ 1509 ਕੰਬਾਈਨ ਵਾਲਾ 3220 ਰੁਪਏ 1509 ਹੱਥ ਵਾਲਾ 3599 ਰੁਪਏ 17 18 ਕੰਬਾਈਨ ਵਾਲਾ 3300 ਰੁਪਏ ਪ੍ਰਤੀ ਕੁਇੰਟਲ 17 18 ਹੱਥ ਵਾਲਾ 3749 ਰੁਪਏ 11 21 ਕੰਬਾਈਨ ਵਾਲਾ 3400 ਰੁਪਏ 11 21 ਹੱਥ ਵਾਲਾ 3381 ਰੁਪਏ ਪ੍ਰਤੀ ਕੁਆਂਟਲ ਜੀਂਦ ਮੰਡੀ ਵਿਖੇ 1509 ਹੱਥ ਵਾਲਾ 3541 ਰੁਪਏ 1509 ਕੰਬਾਈਨ ਵਾਲਾ 3381 ਰੁਪਏ 17 18 ਹੱਥ ਵਾਲਾ 3750 ਰੁਪਏ ਪ੍ਰਤੀ ਕੁਆਂਟਲ 17 18 ਕੰਬਾਈਨ ਵਾਲਾ 3381 ਰੁਪਏ 11 21 ਕੰਬਾਈਨ ਵਾਲਾ 3511 ਅਤੇ 11 21 ਹੱਥ ਵਾਲਾ 3854 ਰੁਪਏ ਪ੍ਰਤੀ ਕੁਆਂਟਲ ਰਾਣੀਆਂ ਮੰਡੀ ਵਿਖੇ 1509 ਕੰਬਾਈਨ ਵਾਲਾ 3361 ਰੁਪਏ ਪੀਬੀ 1 ਚੋਨੇ ਦਾ ਰੇਟ 3012 ਰੁਪਏ ਪ੍ਰਤੀ ਕੁਆਂਟਲ ਅਤੇ ਨਰਨੋਂਦ ਮੰਡੀ ਵਿਖੇ 1509 ਹੱਥ ਵਾਲਾ 3551 ਰੁਪਏ 17 18 ਕੰਬਾਈਨ ਵਾਲਾ 3271 ਰੁਪਏ ਗੋਹਾਣਾ ਮੰਡੀ ਵਿਖੇ 1509 ਕੰਬਾਈਨ ਵਾਲਾ 3326 ਰੁਪਏ 17 18 ਹੱਥ ਵਾਲਾ 3591 1121 ਕੰਬਾਈਨ ਵਾਲੇ ਦਾ ਰੇਟ 3411 ਅਤੇ 1121 ਹੱਥ ਵਾਲੇ ਦਾ 3851 ਰੁਪਏ ਪ੍ਰਤੀ ਕੁਆਂਟਲ ਗੜ ਮੁਕਤੇਸ਼ਵਰ ਮੰਡੀ ਵਿਖੇ 1509 ਕੰਬਾਈਨ ਵਾਲਾ 3300 ਰੁਪਏ ਲਾੜਵਾ ਮੰਡੀ ਵਿਖੇ 1121 ਹੱਥ ਵਾਲੇ ਦਾ ਰੇਟ 3676 ਰੁਪਏ ਅਤੇ ਡੀਬੀ ਚੋਂਡੇ ਦਾ ਰੇਟ 3665 ਰੁਪਏ ਬਿਹੋਵਾ ਮੰਡੀ ਵਿਖੇ 1509 ਹੱਥ ਵਾਲਾ 3561 ਰੁਪਏ बेरी मंडी विखेरह इक्की कंबाइन वाला छत्ती सौ रुपए ग्यारह इक्की हत्थ वाला उन्ताली सौ इकाहठ रुपए सतारा अठारह हथ वाला पैंती सौ इकवंजा रुपये फाजलका मंडी विखे ग्यारह इक्की कंबाइन वाला छत्ती सौ इकती रुपए कैंथल मंडी विखे सतारा अठारह हथ वाला पैंती सौ पाँह रुपये समालखा मंडी विखे सतारा अठारह सैंती सौ इकवंजा गयाी उन्ताली सौ रुपए नरेला मंडी विखे ग्यारह इक्की झोने का रेट सौ रुपए मंडी विखे 1509 ਕੰਬਾਈਨ ਵਾਲਾ 3311 ਰੁਪਏ ਅਤੇ 1125 ਦਾ ਰੇਟ 3280 ਰੁਪਏ ਪ੍ਰਤੀ ਕੁਆਟਲ ਤੱਕ ਵਿਕਿਆ ਹੈ ਅਤੇ ਜੇਕਰ ਹੁਣ ਆਪਾਂ ਗੱਲ ਕਰੀਏ ਫਤੇਗੜ ਚੂੜੀਆਂ ਮੰਡੀ ਦੀ ਤਾਂ ਉਥੇ 17 18 ਕੰਬਾਈਨ ਵਾਲਾ 3270 ਰੁਪਏ ਅਤੇ 1121 ਦਾ ਰੇਟ 3720 ਰੁਪਏ ਪ੍ਰਤੀ ਕੁਆਟਲ ਅਤੇ ਕੋਟਕਪੂਰਾ ਮੰਡੀ ਵਿਖੇ 1509 ਕੰਬਾਈਨ ਵਾਲਾ 3445 ਰੁਪਏ 1401 ਕੰਬਾਈਨ ਵਾਲਾ 3565 ਰੁਪਏ 17 18 ਕੰਬਾਈਨ ਵਾਲਾ 3335 ਰੁਪਏ ਅਤੇ 1121 ਕੰਬਾਈਨ ਵਾਲਾ 3430 ਰੁਪਏ ਅਤੇ ਪੀ 7 ਕੰਬਾਈਨ ਵਾਲਾ 3280 ਰੁਪਏ ਪ੍ਰਤੀ ਕੁਇੰਟਲ ਤੱਕ ਵਿਕਿਆ ਹੈ ਅਤੇ ਉਸ ਤੋਂ ਬਾਅਦ ਜੇ ਗੱਲ ਕਰੀ ਅਮਰitsar ਮੰਡੀ ਦੀ ਤਾਂ ਉੱਥੇ 17 18 ਦਾ ਰੇਟ 3300 ਰੁਪਏ ਅਤੇ 1121 ਦਾ ਰੇਟ 3670 ਰੁਪਏ ਪ੍ਰਤੀ ਕੁਇੰਟਲ ਤੱਕ ਵਿਕਿਆ ਹੈ ਅਤੇ ਉਸ ਤੋਂ ਬਾਅਦ ਹੁਣ ਜੇ ਆਪਾਂ ਗੱਲ ਕਰੀਏ ਚੀਕਾ ਮੰਡੀ ਦੀ ਤਾਂ ਉੱਥੇ 1401 ਕੰਬਾਈਨ ਵਾਲਾ 3675 ਰੁਪਏ ਪ੍ਰਤੀ ਕੁਇੰਟਲ ਅਤੇ ਫਤਿਹਬਾਦ ਮੰਡੀ ਵਿਖੇ 1401 ਦਾ ਰੇਟ 3650 ਰੁਪਏ ਪ੍ਰਤੀ ਕੁਇੰਟਲ ਤੱਕ ਵੀ ਗਿਆ ਹੈ ਅਤੇ ਰਤਿਆ ਮੰਡੀ ਵਿਖੇ 1401 ਹੱਥ ਵਾਲਾ 3600 ਰੁਪਏ ਪ੍ਰਤੀ ਕੁਇੰਟਲ ਤੱਕ ਵੀ ਗਿਆ ਹੈ ਅਤੇ ਰੋਤਕ ਮੰਡੀ ਵਿਖੇ 1121 ਹੱਥ ਵਾਲੇ ਦਾ ਰੇਟ 3951 ਰੁਪਏ ਪ੍ਰਤੀ ਕੁਇੰਟਲ ਅਤੇ ਅਲੇਵਾ ਮੰਡੀ ਚ 17 18 ਕੰਬਾਈਨ ਵਾਲੇ ਦਾ ਰੇਟ 3371 ਰੁਪਏ 17 18 ਹੱਥ ਵਾਲੇ ਦਾ ਰੇਟ 3690 ਰੁਪਏ ਪ੍ਰਤੀ ਕੁੰਟਲ ਅਤੇ ਡੀਬੀ ਕੰਬਾਈਨ ਵਾਲੇ ਦਾ ਰੇਟ 3710 ਰੁਪਏ ਪ੍ਰਤੀ ਕੁੰਟਲ ਤੱਕ ਵਿਕਿਆ ਹੈ ਤਾਂ ਕਿਸਾਨ ਵੀਰੋ ਇਸ ਅੱਜ ਦੇ ਕੁਝ ਤਾਜ਼ਾ ਰੇਟ ਅਤੇ ਇਸੇ ਤਰ੍ਹਾਂ ਹੀ ਹਰ ਦਿਨ ਰੇਟਾਂ ਦੀ ਜਾਣਕਾਰੀ ਲਈ ਚੈਨਲ ਦੇ ਨਾਲ ਜੁੜੇ ਰਹੋ ਅਤੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਤਾਂ ਜੋ ਹਰ ਇੱਕ ਕਿਸਾਨ ਵੀਰ ਤੱਕ ਇਦਾਂ ਦੀ ਸਹੀ ਜਾਣਕਾਰੀ ਪਾਉਣ ਸਕੇ ਅਤੇ ਜਿਹੜੇ ਮੇਰੇ ਵੀਰ ਇਸ ਚੈਨਲ ਤੇ ਨਵੇਂ ਹਨ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਅਤੇ ਫੇਸਬੁੱਕ ਪੇਜ ਨੂੰ ਵੀ ਜ਼ਰੂਰ ਫੋਲੋ ਕਰ ਲਓ ਤੇ ਆਪੋ ਆਪਣੇ ਝੋਨੇ ਦਾ ਜੋ ਵੀ ਰੇਟ ਲੱਗਦਾ ਹੈ ਉਹ ਕਮੈਂਟ ਬਾਕਸ ਵਿੱਚ ਜ਼ਰੂਰ ਦੱਸ ਦਿਆ ਕਰੋ ਧੰਨਵਾਦ ਤੁਹਾਡਾ ਦਿਨ ਸ਼ੁਭ ਹੋਵੇ